ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹੀਰਾ ਸਿੰਘ ਗਾਬੜੀਆ ਨੇ ਸੁਖਬੀਰ ਬਾਦਲ ਦਾ ਵਿਰੋਧ ਕਰ ਰਹੇ ਬਾਗੀ ਆਗੂਆਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਸੋ ਗਾਬੜੀਆ ਨੇ ਬਾਗੀ ਆਗੂਆਂ ਨੂੰ ਬੇਬੁਨਿਆਦ ਦੱਸਦਿਆਂ ਹੋਇਆ ਕਿਹਾ ਕਿ ਇਸ ਦੇ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਗਾਬੜੀਆ ਨੇ ਅਕਾਲੀ ਦਲ ਦੇ ਵਿੱਚ ਫੁੱਟ ਪਿੱਛੇ ਸਰਕਾਰ ਦਾ ਹੱਥ ਹੋਣ ਦਾ ਵੀ ਦੋਸ਼ ਲਗਾਇਆ। ਸ਼੍ਰੋਮਣੀ ਅਕਾਲੀ ਦਲ ਦੇ ਵਰਿਸ਼ਠ ਨੇਤਾ ਹੀਰਾ ਸਿੰਘ ਗਾਬੜੀਆ ਸਾਡੇ ਨਾਲ ਨੇ। ਗਾਬੜੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਅਕਾਲੀ ਦਲ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਸਰ ਸਾਰਾ ਕੁਝ, ਕਿੰਨੀ ਵੱਡੀ ਚਿੰਤਾ ਦੀ ਗੱਲ ਹੈ? ਕੋਈ ਚਿੰਤਾ ਦੀ ਗੱਲ ਨਹੀਂ ਗੀ। ਜੇ ਚੱਲਦੀ ਗੱਡੀ ਚੋਂ ਇੱਕ ਦੋ ਸਵਾਰੀਆਂ ਉਤਰ ਜਾਣ ਟ੍ਰੇਨ ਚੋਂ, ਤੇ ਉਹ ਟ੍ਰੇਨ ਨਹੀਂ ਰੁਕਦੀ ਹੁੰਦੀ, ਟ੍ਰੇਨ ਚੱਲੀ ਜਾਂਦੀ ਆ। ਅਗਲੇ ਸਟੇਸ਼ਨ ਤੋਂ ਹੋਰ ਚੜ੍ਹ ਜਾਂਦੀਆਂ ਸਵਾਰੀਆਂ, ਜਿਹੜੀਆਂ ਉਹਨਾਂ ਦੀਆਂ ਸੀਟਾਂ ਉਹ ਲੈ ਲੈਂਦੀਆਂ ਨੇ। ਇਸ ਕਰਕੇ ਕੋਈ ਚਿੰਤਾ ਵਾਲੀ ਗੱਲ ਨਹੀਂ। ਸ਼੍ਰੋਮਣੀ ਅਕਾਲੀ ਦਲ ਦਾ ਬੜਾ ਵੱਡਾ ਇਤਿਹਾਸ ਆ, 103 ਸਾਲ ਪੁਰਾਣੀ ਪਾਰਟੀ ਆ, ਇਹ ਕੁਰਬਾਨੀਆਂ ਨਾਲ ਬਣੀ ਹੋਈ ਪਾਰਟੀ ਆ, ਇਹਨੂੰ ਕੋਈ ਚੈਲੰਜ ਨਹੀਂ ਗਾ। ਬੇਸ਼ੱਕ ਸਰਕਾਰਾਂ ਯਤਨ ਕਰਦੀਆਂ ਰਹਿੰਦੀਆਂ ਨੇ, ਕੋਈ ਵੀ ਸਰਕਾਰ ਹੋਵੇ, ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਨਾ ਕਿਸੇ ਢੰਗ ਨਾਲ ਠੇਸ ਪਹੁੰਚਾਈ ਜਾਵੇ, ਪਰ ਹਰ ਵੇਲੇ ਹੀ ਮੂੰਹ ਦੀ ਖਾਣੀ ਪਈ। ਜਿਹਨਾਂ ਨੇ ਵੀ ਇਹ ਯਤਨ ਕੀਤਾ ਉਹਨਾਂ ਮੂੰਹ ਦੀ ਖਾਣੀ ਪਈ। ਸ਼੍ਰੋਮਣੀ ਅਕਾਲੀ ਦਲ ਤਗੜਾ ਹੋ ਕੇ ਨਿਕਲਿਆ ਹਰ ਲੜਾਈ ਦੇ ਵਿੱਚੋਂ। ਤੁਹਾਨੂੰ ਲੱਗਦਾ ਸਰਕਾਰ ਦਾ ਕੀਤਾ ਹੋਇਆ? ਸਰਕਾਰ ਕਿਸੇ ਨਾ ਕਿਸੇ ਢੰਗ ਨਾਲ, ਨਹੀਂ ਤਾਂ ਉਹਨਾਂ ਦੇ ਵੱਸ ਦਾ ਰੋਗ ਹੀ ਨਹੀਂ ਸੀ। ਜਿਹੜੇ ਕਹਿੰਦੇ ਸਰਕਾਰ ਨਾਲ ਸਮਝੌਤਾ ਕਰ ਲਓ, ਉੱਥੋਂ ਹੀ ਪਤਾ ਲੱਗਦਾ ਨਾ ਕੋਈ ਸਰਕਾਰ ਦਾ ਹੱਥ ਹੋ ਸਕਦਾ, ਕਿਉਂਕਿ ਜਿਹੜੇ ਕਹਿੰਦੇ ਸਰਕਾਰ ਨਾਲ ਸਮਝੌਤਾ ਕਰੋ ਅਤੇ ਉਹ ਮਕਾ ਕੇ ਆਏ ਹੋਏ ਸੀ ਗੱਲ ਨਾਲ। ਇਸ ਕਰਕੇ ਉਹ ਸ਼੍ਰੋਮਣੀ ਅਕਾਲੀ ਦਲ ਨੇ ਨਹੀਂ ਮੰਨਿਆ, ਕੋਰ ਕਮੇਟੀ ਨੇ ਨਹੀਂ ਮੰਨੀ ਗੱਲ, ਕਿ ਸ਼੍ਰੋਮਣੀ ਅਕਾਲੀ ਦਲ ਦੀ ਆਖਿਰ ਜਥੇਬੰਦੀ ਆ, ਕੋਰ ਕਮੇਟੀ ਆ, ਵਰਕਿੰਗ ਕਮੇਟੀ ਆ, ਜਥੇਬੰਦੀ ਆ, ਵਿੰਗ ਨੇ, ਸਾਰੇ ਪੁੱਛ ਕੇ ਗੱਲ ਕਹਿ ਸਕਦੇ ਨਾ। ਲੇਕਿਨ ਉਹ ਡਿਕਟੇਟਰਸ਼ਿਪ ਵਾਂਗੂ ਦੋ ਚਾਰ ਬੰਦੇ ਉੱਠ ਕੇ, ਪਹਿਲੀ ਗੱਲ ਤਾਂ ਢਿੱਡ ਸਾਹਿਬ ਪਹਿਲਾਂ ਹੀ ਬਾਹਰ ਸੀਗੇ, ਬੀਬਾ ਜੀ ਬੀਬੀ ਜਗੀਰ ਕੌਰ ਵੀ ਬਾਹਰ ਸੀਗੇ, ਹੁਣ ਚੰਦੂ ਮਾਜਰਾ ਰਲ ਗਿਆ, ਫਿਰ ਇਹਦੇ ਨਾਲ ਕੀ ਫਰਕ ਪੈਣ ਲੱਗਾ? ਭਲਾ ਕੋਈ ਫਰਕ ਨਹੀਂ ਪੈਂਦਾ। ਕੋਈ ਵੱਡਾ ਆਧਾਰ ਇਹਨਾਂ ਨੇਤਾਵਾਂ ਦਾ ਜਿਹੜੇ, ਕਿਉਂਕਿ ਅਕਾਲੀ ਦਲ ਦੇ ਵਿੱਚ ਇੱਕ ਵੱਡਾ ਰੁਤਬਾ ਰਿਹਾ, ਵੱਡੀ ਵੱਡੇ ਅਹੁਦੇ ਜਿਹੜੇ ਹੈਗੇ ਨੇ ਉਹ ਪਾਰਟੀ ਦੇ ਵਿੱਚ ਇਹਨਾਂ ਦੇ ਰਹੇ, ਕੋਈ ਆਧਾਰ ਤੁਹਾਨੂੰ ਨਜ਼ਰ ਆਉਂਦਾ ਕਿ ਨੁਕਸਾਨ ਹੋ ਸਕਦਾ ਹੈ ਪਾਰਟੀ ਨੂੰ? ਕੋਈ ਨੁਕਸਾਨ ਨਹੀਂ ਹੁੰਦਾ, ਪਾਰਟੀ ਹੀ ਜਿਹੜਾ ਪਾਰਟੀ ਦੇ ਨਾਲ ਇੱਕ ਵੱਲ ਆ, ਪਾਰਟੀ ਵੇਲ ਜਿਹਨੂੰ ਆਪਾਂ ਕਹਿੰਦੇ ਹਾਂ, ਵੇਲ ਆ, ਵੇਲ ਨਾਲ ਖਰਬੂਜਾ ਟੁੱਟ ਜੇ, ਵੇਲ ਨਾਲ ਕੱਦੂ ਟੁੱਟ ਜੇ, ਉਹ ਕਰਦ ਦੇ ਥੱਲੇ ਆਉਂਦਾ, ਉਹ ਕਦੀ ਵੀ ਮੁੜ ਕੇ ਜੁੜਦਾ ਨਹੀਂ, ਉਹ ਕਰਦ ਉਹਨੂੰ ਵੱਢਦੀ ਆ, ਕਰਦ ਟੁੱਕਦੀ ਆ, ਤੋ ਇਸ ਕਰਕੇ ਕੋਈ ਫਰਕ ਨਹੀਂ ਪੈਂਦਾ। ਭੁੰਦੜ ਸਾਹਿਬ ਆ ਗਏ, ਉਹਦੇ ਨਾਲ ਗੱਲ ਕਰ। ਅਕਾਲੀ ਦਲ ਅਕਾਲ ਸ਼੍ਰੀ ਅਕਾਲ ਤਖਤ ਦੇ ਸਾਹਿਬ ਤੇ ਜਾ ਕੇ ਮਾਫੀ ਜਿਹੜੀ ਹੈਗੀ ਉਹ ਮੰਗੀ ਹੈ ਸਰ ਇਹਨਾਂ ਨੇਤਾਵਾਂ ਨੇ। ਸਤਿ ਸ਼੍ਰੀ ਅਕਾਲ ਜੀ, ਠੀਕ ਆ, ਹਾਂਜੀ, ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਵੀ ਮਾਫੀ ਮੰਗੀ ਹੈ? ਨਹੀਂ, ਮਾਫੀ ਤਾਂ ਪਹਿਲਾਂ ਵੀ ਸਾਰੇ ਮੰਗ ਆਏ ਸੀਗੇ ਵੀ ਜੇ ਕੋਈ ਉੱਥੇ ਖੰਡ ਪਾਠ ਸਾਹਿਬ ਕਰਾਏ, ਇੱਥੇ ਕਰਾਏ, ਹੁਣ ਇਹ ਅਕਾਲ ਤਖਤ ਦੇ ਪੇਸ਼ ਹੋਣ ਵਾਸਤੇ ਬਕਾਇਦਾ ਤੌਰ 'ਤੇ ਦਾੜੇ ਖੋਲ੍ਹਣੇ ਪੈਂਦੇ ਆ, ਕਈਆਂ ਨੇ ਦਾੜੇ ਵੱਧੇ ਹੋਏ ਸੀਗੇ, ਇੱਕ ਫਾਰਮੈਲਿਟੀ ਪਾਲਣ ਕਰਨ ਗਏ ਆ। ਸ਼੍ਰੋਮਣੀ ਅਕਾਲੀ ਦਲ ਜਿਹੜਾ ਨਾ, ਇਹ ਅਕਾਲ ਤਖਤ ਤੋਂ ਬਣਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਆ, ਇਹ ਜਥੇਬੰਦੀ ਉੱਥੋਂ ਬਣੀ ਹੋਈ ਆ। ਉੱਥੇ ਜਦੋਂ ਜਾਣਾ ਹੋਵੇ ਨਾ, ਉਹਦੀ ਆਰ ਮਰਿਆਦਾ ਹੁੰਦੀ ਆ, ਉਹਦੇ ਚੱਲ ਕੇ ਦਾੜੇ ਖੋਲ੍ਹ ਕੇ ਇਸ਼ਨਾਨ ਕਰਕੇ ਕੇਸ਼ੀ ਇਸ਼ਨਾਨ ਕਰਕੇ ਜਾਓ। ਸਰ, ਜਿਸ ਤਰ੍ਹਾਂ ਦੇ ਨਾਲ ਮੰਥਨ ਚੱਲ ਰਿਹਾ, ਕੋਈ ਰਣਨੀਤੀ ਦੇ ਵਿੱਚ ਬਦਲਾਵ ਹੋਏਗਾ ਸ਼੍ਰੋਮਣੀ ਅਕਾਲੀ ਦਲ ਦੀ? ਨਹੀਂ, ਇਹ ਸਾਰੇ ਫੈਸਲੇ ਤਾਂ ਕਮੇਟੀ ਕਰੂਗੀ, ਸਾਰਿਆਂ ਦੀ ਰਾਏ ਲਈ ਜਾ ਰਹੀ ਆ, ਮਗਰ ਉਹ ਕੋਰ ਕਮੇਟੀ ਬੈਠੂ, ਉਹ ਫੈਸਲੇ ਕਰੂਗੀ ਕਿ ਇੱਕ ਬੰਦੇ ਦੇ ਵੱਸ ਦਾ ਰੋਕ। ਤੁਹਾਨੂੰ ਲੱਗਦਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਹੋਰ ਮਜ਼ਬੂਤ ਹੋ ਕੇ ਪਾਰਟੀ ਨਿਕਲੇ? ਬਿਲਕੁਲ ਮਜ਼ਬੂਤ ਹੋ ਕੇ ਨਿਕਲੂਗੀ, ਤਗੜੀ ਹੋ ਕੇ ਨਿਕਲੂਗੀ। ਜਿਹੜੇ ਲੋਕਾਂ ਨੇ ਲਤਾੜੇ ਹੋਏ ਸੀ ਇਹਨਾਂ ਲੋਕਾਂ ਨੇ, ਉਹ ਇਲਾਕੇ ਜਿਹੜੇ ਆ, ਜਾ ਕੇ ਉੱਥੋਂ ਪਤਾ ਕਰੋ
ਸੰਗਰੂਰ ਲੈ ਲਓ, ਬਰਨਾਲਾ ਲੈ ਲਓ, ਜਾਂ ਇਹ ਇੱਥੋਂ ਹੀ ਲੈ ਲਓ, ਜਲੰਧਰ ਦਾ ਪਰਲਾ ਹਿੱਸਾ ਲੈ ਲਓ, ਕਰਤਾਰਪੁਰ ਦਾ ਜਿੱਥੋਂ ਬੇਗਵਾਨ ਤੋਂ ਜਿੱਥੋਂ ਬੀਬਾ ਜੀ ਜਿੱਦੇ ਸੀਗੇ, ਉਹ ਹੋਰ ਕਿਸੇ ਨੂੰ ਉੱਠਣ ਹੀ ਨਹੀਂ ਦਿੰਦੇ। ਇਸ ਕਰਕੇ ਉਹ ਸਾਰੇ ਤਾਂ ਹੁਣ ਖੁਸ਼ੀਆਂ ਮਨਾਉਂਦੇ, ਲੱਡੂ ਵੰਡਦੇ ਆ, ਵੀ ਸ਼ੁਕਰ ਆ ਕਿਤੇ ਮਗਰੋਂ ਲੱਥੇ ਆ, ਸਾਡੀ ਵਾਰੀ ਵੀ ਆਊਗੀ।